ਸਤਿ ਅਕਾਲ ਮੈਂ ਹਾਂ ਬਲਵੰਤ ਸਿੰਘ ਤੁਸੀਂ ਦੇਖ ਰਹੇ ਹੋ ਦੇਸ਼ ਦਾ ਨੰਬਰ 1 ਸ਼ੋਅ ਸਾਜੀਆ ਛਲਾਵਾ ਅੱਜ ਦੀ ਬ੍ਰੇਕਿੰਗ ਨਿਊਜ਼ ਪੁਲਿਸ ਦੀ ਕੈਦ ਵਿੱਚੋਂ ਫਰਾਰ ਹੋਇਆ ਮੰਡਲ ਪ੍ਰਧਾਨ ਨਿਸ਼ਤਰ ਸਿੰਘ ਗਿੱਲ ਪੁਲਿਸ ਦੀ ਸਟੇਟਮੈਂਟ ਮੁਤਾਬਿਕ ਦੱਸਿਆ ਜਾ ਰਿਹਾ ਨਿਸ਼ਤਰ ਸਿੰਘ ਗਿੱਲ ਦੀ ਤਬੀਅਤ ਕੁਝ ਦਿਨਾਂ ਤੋਂ ਕਾਫੀ ਖਰਾਬ ਚੱਲ ਰਹੀ ਸੀ ਜਿਸ ਕਾਰਨ ਉਸ ਨੂੰ ਹਸਪੀਟਲ ਲਿਜਾਇਆ ਜਾ ਰਿਹਾ ਸੀ ਰਾਸਤੇ ਵਿੱਚ ਕੁਝ ਅਪਰਾਧੀਆਂ ਦੁਆਰਾ ਪੁਲਿਸ ਵੈਨ ਨੂੰ ਰੋਕ ਕੇ ਉਸ ਉੱਪਰ ਫਾਇਰਿੰਗ ਕੀਤੀ ਗਈ ਜਵਾਬੀ ਕਾਰਵਾਈ ਕਰਦਿਆਂ ਪੁਲਿਸ ਨੇ ਦੋ ਅਪਰਾਧੀਆਂ ਨੂੰ ਮਾਰ ਗਿਰਾਇਆ ਜਿੱਥੇ ਕਿ ਪੁਲਿਸ ਦਾ ਇੱਕ ਸਿਪਾਹੀ ਵੀ ਗੰਭੀਰ ਤੌਰ ਤੇ ਜ਼ਖਮੀ ਹੋਇਆ ਤੇ ਉਸ ਨੂੰ ICU ਵਿੱਚ ਐਡਮਿਟ ਕੀਤਾ ਗਿਆ ਪਰ ਇਸੇ ਫਾਇਰਿੰਗ ਦਾ ਫਾਇਦਾ ਚੱਕਦਿਆਂ ਨਿਸ਼ਤਰ ਸਿੰਘ ਗਿੱਲ ਦੇ ਆਪਣਾ ਆਹ ਇੱਕ ਨਿਯਮ ਦੇ ਇਤਫਾਕ ਹੈ ਜਾਂ ਫਿਰ ਪੁਲਿਸ ਵੱਲੋਂ ਕੀਤੀ ਗਈ ਸਾਜ਼ਿਸ਼ ਪਹਿਲਾਂ MLA ਦਾ ਜੀਤੇ ਲੋਦਾ ਅੰਡਰਗਰਾਉਂਡ ਹੋ ਜਾਣਾ ਤੇ ਹੁਣ ਨਿਸ਼ਤਰ ਸਿੰਘ ਗਿੱਲ ਦਾ ਫਰਾਰ ਹੋ ਜਾਣਾ ਸਾਨੂੰ ਕੀ ਲੱਗਦਾ ਹੈ ਕੋਈ ਇਸ ਗੱਲ ਵਿੱਚ ਸਚਾਈ ਹੈ ਜਾਂ ਫਿਰ ਇਹ ਕਛਲਾਵਾ ਸਾਨੂੰ ਆਪਣੀ ਰਾਈ ਹੇਠਾਂ ਦਿੱਤੇ ਗਏ ਨੰਬਰਾਂ ਤੇ ਭੇਜੋ ਬੇਬੇ बेबे थोड़ा जा तो कुछ खा ला नहीं तो होर बीमार हो जाऊंगी बेबे इदा तो साढ़े दोनों तो भी नहीं कुछ खादा जाना नाले तू बापू की टेंशन क्यों लेनी है तेनू भी पता ही है एकदम ठीक आ बस थोड़ा जा माहौल शांत हो जाए उन्हें भी घर ही आ जाना होर कित्थे जाना ओह MLA दे नाल ही आ करना कर तू आ सोच तू हुण बुढ़ी हो गई आ जे रोटी नहीं खाऊंगी तो तेरे वाल चिट्टे हो जाने ते चेहरे ते भी झूड़ियाँ आ जानियाँ ते शरीर च भी जान नहीं बचनी ते बापू बापू हट्टा कट्टा पूरा जवान मर्द लगता हजे भी नाले सोच बेबे जे तेनू बुढ़ी हुंदी नू देख बापू कोई नवी जवान ले आया फिर साडा ते कोई ना फिर तू ही कीरने पाएगी हाय मैं लुट्टी गई मेरा खसम नवी रन ले आया काश मैं उस दिन रोटी खाधी हुंदी ਕੀ ਕਰ ਰਹੇ ਹੋ ਤੁਸੀਂ ਸਾਡਾ ਬਾਪੂ ਚੋਰ ਨਹੀਂ ਆ ਸਹੀ ਗੱਲ ਹੈ ਤੁਹਾਡਾ ਬਾਪੂ ਸਿਰਫ ਚੋਰ ਨਹੀਂ ਠੱਗ ਹੈ ਠੱਗ ਪੰਜਾਬ ਨੂੰ ਨਸ਼ੇ ਦੀ ਗਰਦ ਵਿੱਚ ਗਰਾਉਣ ਵਾਲਾ ਕੀੜਾ ਸਾਲਿਆ ਭੁੱਲ ਗਿਆ ਜਦੋਂ ਤੇਰੀ ਕਿਤੇ ਐਡਮਿਸ਼ਨ ਨਹੀਂ ਸੀ ਹੁੰਦੀ ਤੇ ਕਿਵੇਂ ਤੁਸੀਂ ਰੋਜ਼ ਅੱਗੇ ਪਿੱਛੇ ਘੁੰਮਦੇ ਸੀ ਸਾਰਿਆਂ ਦੇ ਪਰ ਘੁੰਮ ਫਿਰ ਕੇ ਮੇਰੇ ਹੀ ਬਾਪੂ ਨੇ ਤੇਰੀ ਐਡਮਿਸ਼ਨ ਕਰਵਾਈ ਸੀ ਤੁਹਾਡੇ ਸਾਰਿਆਂ ਵਿੱਚੋਂ ਇੱਕ ਵੀ ਬੰਦਾ ਬਾਹਰ ਆ ਕੇ ਇਹ ਗੱਲ ਕਹਿ ਦੇਵੇ ਕਿ ਤੁਹਾਡੇ ਮਾੜੇ ਟਾਈਮ ਵਿੱਚ ਅਸੀਂ ਤੁਹਾਡੇ ਨਾਲ ਹੀ ਸੀ ਅੱਜ ਸਾਡੇ ਤੇ ਮਾੜਾ ਟਾਈਮ ਆਇਆ ਤੁਸੀਂ ਸਾਰੇ ਰੰਗ ਬਦਲ ਗਏ ਰੰਗ ਤਾਂ ਤੇਰੇ ਪਿਓ ਨੇ ਦਿਖਾਤਾ ਐਡਮਿਸ਼ਨ ਦੀ ਗੱਲ ਕਰਦਾ ਤੂੰ ਓਏ ਇਹ ਤੇਰੇ ਬਾਪ ਦਾ ਕੰਮ ਸੀ ਸਾਡੇ ਘਰ ਦੀਆਂ 12 ਵੋਟਾਂ ਪਈਆਂ ਨੇ ਤੇਰੇ ਪਿਓ ਨੂੰ ਨਾਲੇ ਜਿੰਨੇ ਉਰੇ ਖੜੇ ਆ ਸਭ ਨੇ ਵੋਟਾਂ ਪਈਆਂ ਨੇ ਟਾਈਮ ਜਿਹੋ ਜਿਹਾ ਮਰਜ਼ੀ ਹੋਵੇ ਗੱਲ ਤਾਂ ਇਹੋ ਆ ਤੇਰਾ ਬਾਪ ਪੰਜਾਬ ਦਾ ਨਾ ਸਕਾ ਹੋਇਆ ਸਾਡਾ ਕਿੱਥੋਂ ਹੋਜੂ ਨਾਲੇ ਜੇ ਗੱਲ ਐਡਮਿਸ਼ਨ ਦੀ ਆ ਤੁਹਾਡਾ ਬਾਪੂ ਸਕੂਲਾਂ ਕਾਲਜਾਂ ਵਿੱਚ ਠੱਗੀਆਂ ਮਾਰਦਾ ਜੇ ਇੱਕ ਮੁੰਡੇ ਐਡਮਿਸ਼ਨ ਕਰਵਾ ਹੀ ਦਿੱਤੀ ਤਾਂ ਸੋਚੋ ਕਿੰਨਾ ਖਾਧਾ ਹੋਊਗਾ ਆ ਕੋਠੀ ਐਵੇਂ ਨਹੀਂ ਬਣ ਗਈ ਸਾਲਾ ਠੱਗ ਕਿਸੇ ਥਾਂ ਦਾ ਸਾਲਿਆ ਮੇਰੇ ਪਿਓ ਨੂੰ ਠੱਗ ਕਹਿਣਾ ਮੇਰਾ ਬਾਪੂ ਠੱਗ ਨਹੀਂ ਮੇਰਾ ਬਾਪੂ ਚੋਰ ਨਹੀਂ ਟੈਨਸ਼ਨ ਨਾ ਲੈ ਬਾਪੂ ਅਸੀਂ ਬੇਬੇ ਦਾ ਪੂਰਾ ਖਿਆਲ ਰੱਖਿਆ ਹੋਇਆ ਤੈਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਤੁਹਾਡੇ ਦੋਨਾਂ ਦੇ ਹੁੰਦਿਆਂ ਮੈਨੂੰ ਕਾਹਦੀ ਟੈਨਸ਼ਨ ਹੈ ਮੇਰੇ ਸ਼ੇਰ ਪੁੱਤਰੋ ਤੁਸੀਂ ਦੋਨਾਂ ਨੇ ਉਮਰ ਤੋਂ ਪਹਿਲਾਂ ਹੀ ਬਹੁਤ ਵੱਡਾ ਝਟਕਾ ਦੇਖ ਲਿਆ ਹੈ ਮੇਰਾ ਮਨ ਨਹੀਂ ਸੀ ਤੁਹਾਨੂੰ ਉੱਥੇ ਛੱਡਣ ਦਾ ਪਰ ਜੇ ਤੁਸੀਂ ਵੀ ਉੱਥੇ ਨਾ ਦਿਸਦੇ ਲੋਕਾਂ ਦਾ ਸ਼ੱਕ ਯਕੀਨ ਵਿੱਚ ਬਦਲ ਜਾਣਾ ਸੀ ਪਰ ਆ ਲੜਾਈ ਝਗੜੇ ਵਾਲਾ ਕੰਮ ਦੁਬਾਰਾ ਨਹੀਂ ਕਰਨਾ ਇਹ ਰਾਜਨੀਤੀ ਕਰਨਾ ਬੜਾ ਕੁੱਤਾ ਕੰਮ ਹੈ ਮੇਰੇ ਪੁੱਤਰੋ ਜਦੋਂ ਤੱਕ ਚੜ੍ਹਾਈ ਹੁੰਦੀ ਹੈ ਉਦੋਂ ਤੱਕ ਸਾਰੇ ਮੋਢਿਆਂ 'ਤੇ ਬਿਠਾਉਂਦੇ ਨੇ ਜਦੋਂ ਹੀ ਇੱਕ ਕਦਮ ਲੜਖੜਾਉਂਦਾ ਹੈ ਲੋਕ ਕੇਕੜਿਆਂ ਵਾਂਗੂ ਲੱਤਾਂ ਖਿੱਚਣ ਲੱਗ ਪੈਂਦੇ ਨੇ ਇਹਨਾਂ ਤੋਂ ਬਚ ਕੇ ਰਹੋ ਮੇਰੇ ਪੁੱਤਰੋ ਕਿਵੇਂ ਆ ਮੁੰਡਿਓ ਸਤਿ ਸ਼੍ਰੀ ਅਕਾਲ ਸਰ ਤੁਸੀਂ ਇੱਥੇ ਮੱਥਾ ਟੇਕਦਾ ਮਾਤਾ ਜੀ ਉਹ ਤੁਹਾਡਾ ਪਿਓ ਤਾਂ ਸਾਨੂੰ ਮਿਲਦਾ ਨਹੀਂ ਮੈਂ ਸੋਚਿਆ ਕਿਉਂ ਨਾ ਆਪ ਹੀ ਘਰ ਜਾ ਕੇ ਮਿਲਿਆ ਵਾਂ
नाले मैनू पता लगा बेबे की तबीयत भी खराब आ। मैं कहा हाल चाल ही पूछ आईए, मैनू तो आस ही ताडा बापू भज्या भी ता ही होना। थानेदार दे गल करन दे तरीके विच एक अलग ही एहसास सी, जिवें उह हाल चाल पुछन नहीं साडा हाल खराब करना है। उह घबराउंदा क्यों पुत्रा, बापू दा फोन है, लिया गल तां करा साडी, लिया फड़ा फोन। सत श्री अकाल प्रधान साहब, साडे तो कोई गलती हो गई सी जां साडी सेवा विच कोई कमी रह गई सी जिहड़ा तुसी सानू छड्ड के चले आए। साडा तां ठाणा ही सुन्ना हो गया उस दिन दा, क्यों ना ठाणे दी रौनक वधाउण लई तुहाडे मुंडिआं नूं लै जां। घूम फिर के गल तां इक्को ही है, खून तां इक्को ही घर दा है, नाले सच MLA साहब नूं नाल लैके आयो। उहनां दा इंतजार तां नज़रां बिछा के हवलदार तो लैके हाई कोर्ट की बेंच तक कर रही है। दो मुंडिया के बदले दो पोलीटिशियन तो लगूगे। गल सुन मेरी थानेदारा, तेरी जेब विच मैं इन्ने नोट भर दूँ कि तेरी वर्दी फट जाऊ, पर नोट नहीं मुकणगे। बस मेरे मुंडिया नूं छड़ दे, अपनी खुंदक दे लई इन्हां नूं क्यों फड़दा, इन्हां ने तेरा की विगाड़िया। मेरा तो कुछ नहीं विगाड़िया, पर अज इन्होंने काफ़ी मुंडिया नूं कुटिया ते एक नूं तां अद्ध मरा करके हॉस्पिटल विच लम्मा पाता। मैं तो उस कंप्लेट विच इन्हां नूं लैण आया ते नाले बच्चियां दियां छुट्टियां ही ने, दो चार दिन मामे घर घूमे आउण। तुसीं इन्हां नूं लैण आ जिओ, मैं इन्हां नूं भेज दूंगा ते तुहाडी खातरदारी करूँगा। चलो ओए ठगी प्यो दी औलादो, बैठो गड्डी च। सर गलती साडी आ, सानू जो मर्जी कहो, बापू नूं कुछ नहीं कहना। पुलिस वालियां अगे नवीं व्याई वोटी वांगू संके रहना सिख जो मुंडियो, नहीं तो लम्मे पा के चीकां तां पुलिस वाले नवी व्याई रन वांगू ही कढ़ाउंदे ने। क्यों माता जी, मैं कुछ गलत नहीं किया? जवान संभाल के ठाणे तरह नछत्तर सिंह जरूर आउणगे। पहला तुसी MLA नूं लै जिओ, नछत्तर सिंह नूं मैं आप लैके आवांगा। चल आ गए हो, तुहाडी घरवाली दा सुन के बहुत अफसोस होया प्रधान साहब। करनियां भरनियां सब इत्थे ही हुंदियां ने, हुण तुसी दोनां मुंडिया नाल अंतिम संस्कार की तैयारी करो ते बाद च साडे नाल चलो। चल वी पुत, अपनी मां नूं मुक्ति दे कि उस गद्दी दुनिया तों जावे ते सच्चे पातशाह दे चरणां च जान लग्गे। चल वी थानेदार, मैं तेरे नाल हुणे चलना है, ते नछत्तर नूं थोड़ी देर दी मोहलत दे दे, संस्कार करके ये भी तेरे नाल आ जूगा। ते अज तो बाद तू इन्हां मुंडिआं नूं तंग नहीं करना ते इन्हां ते लगे सारे चार्ज भी हटा दे। मुंडिआं ते तां कोई चार्ज लगा ही नहीं सी, ये तां सब वड्डी मच्छी नूं फसाउण लई छोटा चारा सी, ते पुलिस अज तो बाद मुंडिआं नूं बिल्कुल तंग नहीं करूगी। लै जाओ इहनूं। साडी माता दा सेवा जिदा जिदा ठंडा हो रहा सी, साडी हिक विच उन्नी ही अग भड़क रही सी, बदले दी अग। सब चले गए, असी दोनों ने बलदी चिता दी सौं खाधी कि जिन्ने भी साडे परिवार दा आ हाल कीता उन्हूं ज्यौदा नहीं छड़ांगे।
तेरा कसूर की है ठाणेदारा? कसूर तो तेरा कुछ नहीं आ नछत्तर से, दुनिया नू हुण तेरी लोड़ नहीं, लोड़ तो वर्दी नू आ एक होर स्टार। साडे प्यो दे एनकाउंटर दी गल एमएलए तक पहुंचदी है। ਇਹ ਕੰਮ ਉਸ ਰਾਮਜਾਦੇ ਸਰਪੰਚ ਦਾ ਏ, ਮੈਨੂੰ ਬਾਹਰ ਆ ਲੈਣ ਦੋ, ਉਹਨੂੰ ਛੱਡਾਂਗਾ ਨਹੀਂ ਮੈਂ। ਤੂੰ ਫਿਕਰ ਨਾ ਕਰ ਚਾਚਾ, ਉਹਨੂੰ ਤਾਂ ਅਸੀਂ ਦੇਖ ਲਾਂਗੇ। ਨਹੀਂ ਮੁੰਡਿਓ, ਮੇਰੇ ਬਾਹਰ ਆਉਣ ਤੱਕ ਤੁਸੀਂ ਦੋਨੋਂ ਕੁਝ ਨਹੀਂ ਕਰੋਗੇ। ਵੈਸੇ ਵੀ ਕੱਲ ਮੇਰੀ ਪੇਸ਼ੀ ਏ, ਦੇਖਦੇ ਆ ਜੱਜ ਕੀ ਫੈਸਲਾ ਲੈਂਦਾ ਏ। ਫੈਸਲਾ ਜੋ ਮਰਜ਼ੀ ਹੋਵੇ, ਤੁਸੀਂ ਦੋਨੋਂ ਮੇਰੇ ਬਾਹਰ ਆਉਣ ਤੱਕ ਕੁਝ ਨਹੀਂ ਕਰੋਗੇ। एमएलए नूं अदालत ने 12 साल की सज़ा सुनाई। वो एक एक दिन मर मर के कट रहा सी। बदले की उम्मीद उन्हूं जीन का हौसला दे रही सी। बारह साल साड़ी अख विच्चों एक हंजू नहीं डिग्गिया। ਹੰਝੂਆਂ ਨੂੰ ਹੀ ਅਸੀਂ ਪਾਫ ਬਣਾ ਕੇ ਆਪਣੇ ਅੰਦਰ ਦੀ ਅੱਗ ਨੂੰ ਹਵਾ ਦਿੰਦੇ ਰਹੇ। 12 ਸਾਲ ਅਸੀਂ ਸਰਪੰਚ ਤੋਂ ਬਦਲਾ ਲੈਣ ਲਈ ਪੂਰੀ ਤਿਆਰੀ ਕੀਤੀ। ਆਪਣੀ ਸਜ਼ਾ ਪੂਰੀ ਕੱਟ ਕੇ ਐਮਐਲਏ ਸਿੱਧਾ ਸਾਡੇ ਹੀ ਘਰ ਆਇਆ। सज़ा पूरी करन तो बाद भी उदा स्वागत साढ़े घर के बाहर गद्दार लिख के किया गया। रो तो लईए चाचा, असी नहीं चाहते कि हजे रो के असी अपने दिल विच बलदी बदले की अग नूं बुझा दीए। हुण तां वैरी दी हिक सार के उन्हूं खूंजे वाड़ के उहदी लाश ते थुकना है। उस दिन साढ़े अंदर दे अथरू बाहर आउणगे ते जिन्ने आउणगे उन्ने घट होणगे। चाचा उस दिन रोवांगे, चीका मार मार रोवांगे। ਕਿਰਪਾਲ ਦੇ ਘਰੇ ਵੜ ਕੇ ਉਹਨੂੰ ਮਾਰਨ ਨਾਲ ਤੁਹਾਡਾ ਬਦਲਾ ਪੂਰਾ ਹੋ ਜਾਊਗਾ। ਉਹਨੇ ਤੁਹਾਡੇ ਪਿਓ ਦਾ ਇਨਕਾਊਂਟਰ ਕਰਵਾਇਆ, ਮੈਂ 12 ਸਾਲ ਜੇਲ੍ਹ 'ਚ ਧਰ ਪਿਆ। ਤੁਹਾਡੀ ਮਾਂ ਤੁਹਾਡੇ ਤੋਂ ਦੂਰ ਕਰਤੀ, ਸਾਰਾ ਪਰਿਵਾਰ ਬਿਖਰ ਗਿਆ ਕਿ ਸਿੱਧੀ ਸਾਦੀ ਮੌਤ ਉਹਦੇ ਲਈ ਕਾਫੀ ਹੋਊਗੀ। ਸਿੱਧੀ ਸਾਦੀ ਮੌਤ? ਚਾਚਾ ਅਸੀਂ ਉਹਨੂੰ ਮਾਰਨਾ ਹੀ ਨਹੀਂ, ਉਹਦਾ ਪਰਿਵਾਰ ਤੇਰੀ ਜ਼ਿੰਦਗੀ ਦੋਨੋਂ ਬਖੇਰ ਦੇਣੀ। ਉਹ ਜਿੱਡਾ ਮਜ਼ਬੂਤ ਆ ਨਾ, ਉਨਾ ਹੀ ਅਸੀਂ ਉਹਨੂੰ ਮਜਬੂਰ ਕਰ ਦੇਣਾ। ਜਿੰਨੇ ਪੱਕੇ ਉਹਨੂੰ ਉਹਦੇ ਅਸੂਲ ਨੇ, ਉਨੇ ਪੱਕੇ ਦੁਸ਼ਮਣ ਉਹਦੇ ਆਪਣੇ ਹੋ ਜਾਣਗੇ। ਤੜਫੂਗਾ, ਰੋਜ਼ ਤੜਫੂਗਾ। ਜੀਣ ਨੂੰ ਉਹਦਾ ਚਿੱਤ ਨਹੀਂ ਕਰਨਾ ਤੇ ਮੌਤ ਉਹਨੂੰ ਆਉਣੀ ਨਹੀਂ। ਜਦੋਂ ਤੱਕ ਉਹਨੂੰ ਉਹਦਾ ਕੋਈ ਆਪਣਾ ਨਹੀਂ ਮਾਰ ਦਿੰਦਾ ਜਾਂ ਤੜਫ ਤੜਫ ਕੇ ਨਹੀਂ ਮਰਦਾ, ਉਦੋਂ ਤੱਕ ਸਾਡਾ ਬਦਲਾ ਕਿੱਥੋਂ ਪੂਰਾ ਹੋਊ? ਜ਼ਿੰਦਗੀ ਤਾਂ ਉਹਦੀ ਬਖੇਰਾਂਗੇ, ਪਰ ਇੱਕ ਝਟਕੇ ਨਾਲ ਨਹੀਂ, ਤਿਨਕਾ ਤਿਨਕਾ ਕਰਕੇ। ਕਾਰਨ ਆ ਕਿ ਇਹ ਸੁੱਖੀ ਨੂੰ ਮਰਵਾ ਕੇ ਛਿੰਦੇ ਨੂੰ ਜੇਲ੍ਹ ਭਜਵਾ ਦਿੱਤਾ ਅਤੇ ਹੁਣ ਉਹ ਦੋਨੋਂ ਭਰਾ ਆਪਸ ਵਿੱਚ ਲੜਨ ਨੂੰ ਤਿਆਰ ਬੈਠੇ ਨੇ। ਮੈਂ ਤੁਹਾਡੇ ਨਾਲ ਹਾਂ ਬਾਈ, ਹੁਣ ਅੱਗੇ ਦੱਸੋ ਕਰਨਾ ਕੀ ਹੈ?
लग्या तुहानू शरीक वैब सीरीज का थर्ड एपीसोड। इस बार असीं तुहाडे लई एक स्पैशल चीज़ लैके आए हैं जिहड़ा कि इस वीडियो ते लगातार 5 कॉमेंट करूगा, उन्हां विचों एक लक्की विनर चुनिया जाऊगा जिसनों के उम्मीद चैनल नाल जुड़न का मौका दिता जाएगा। तो लक्की विनर जल्दी ही करांगे अनाउंस, साडे उम्मीद चैनल नूं जल्दी सबसक्राइब कर लो। तो शरीक का चौथा पार्ट जल्दी ही लैके आ रहे हैं।